ਅਪਾਂ ਜੀ ਸਕੂਟੀ ਰੈਂਟ ਤੇ ਲਈ ਹੈ ਤੇ ਮੇਰੀ ਮਦਰ ਨੇ ਪਾਇਆ ਫਸਟ ਟਾਈਮ ਹੈਲਮੇਟ, ਤੁਸੀਂ ਦੇਖ ਸਕਦੇ ਹੋ। ਇਹ ਹੈ ਜੀ ਆਪਣੀ ਐਕਟਿਵਾ, ਇਹ ਤੇ ਆਪਾਂ ਸਾਰੇ ਜੈਪੁਰ ਨੂੰ ਘੁੰਮਾਂਗੇ ਜੀ। ਸਾਡੇ ਨਾਲ ਪੂਰੀ ਜੈਪੁਰ ਦੀ ਪਲੇਲਿਸਟ ਬਣੇ ਰਹੋ ਜੀ। ਸਾਹਮਣੇ ਜੀ ਰਾਜਾ ਸਾਹਿਬ ਬੈਠਦੇ ਸੀ ਤੇ ਉਸ ਸਮੇਂ ਸਿਰਫ ਮੌਤ ਦੀ ਸਜ਼ਾ ਹੀ ਦਿੱਤੀ ਜਾਂਦੀ ਸੀ, ਮਤਲਬ ਫਾਂਸੀ ਹੀ ਦਿੱਤੀ ਜਾਂਦੀ ਸੀ ਕੈਦੀਆਂ ਨੂੰ। ਜਿਸ ਜਗ੍ਹਾ ਉੱਪਰ ਫਾਂਸੀ ਦਿੱਤੀ ਜਾਂਦੀ ਸੀ ਉਸ ਮੌਤ ਦੇ ਕੂਏ ਨੂੰ ਆਪਾਂ ਦੇਖਦੇ ਹਾਂ ਜੀ। ਸਾਰਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਰਿਆਂ ਦਾ ਪੰਜਾਬੀ ਟਰੈਵਲਰ ਚੈਨਲ ਉੱਤੇ ਸਵਾਗਤ ਹੈ ਜੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵਿਜ਼ਿਟ ਕਰਾਂਗੇ ਨਾਹਰਗੜ੍ਹ ਫੋਰਟ ਨੂੰ ਜੀ, ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ। ਇਹਦੇ ਵਿੱਚ ਕੀ ਹਿਸਟਰੀ ਹੈ, ਇਸਦੇ ਵਿੱਚ ਕੀ ਦੇਖਣ ਨੂੰ ਹੈ, ਆਪਾਂ ਸਾਰਾ ਦੇਖਾਂਗੇ ਜੀ। ਆਓ ਚੱਲੀਏ ਜੀ ਹੁਣ ਨਾਹਰਗੜ੍ਹ ਫੋਰਟ ਦੇ ਅੰਦਰ ਨੂੰ। ਸਾਈਡ ਬਣੀ ਹੋਈ ਹੈ ਜੀ ਨਾਹਰਗੜ੍ਹ ਫੋਰਟ ਦੇ ਲਈ ਪਾਰਕਿੰਗ, ਇੱਥੇ ਆਪਾਂ ਆਪਣਾ ਵਹੀਕਲ ਪਾਰਕ ਕਰ ਸਕਦੇ ਹਾਂ ਜੀ। ਆਓ ਚੱਲਦੇ ਹਾਂ ਜੀ ਹੁਣ ਟਿਕਟ ਲੈਣੇ ਆ ਤੇ ਨਾਹਰਗੜ੍ਹ ਫੋਰਟ ਵੱਲ ਚੱਲਦੇ ਹਾਂ ਜੀ। ਇਧਰੋਂ ਹੁੰਦੀ ਹੈ ਜੀ ਨਾਹਰਗੜ੍ਹ ਫੋਰਟ ਵਿੱਚ ਐਂਟਰੈਂਸ। ਚੱਲਦੇ ਹਾਂ ਜੀ ਆਪਾਂ ਨਾਹਰਗੜ੍ਹ ਫੋਰਟ ਦੇ ਅੰਦਰ ਐਂਟਰ ਹੁੰਦੇ ਆ। ਇੱਥੇ ਲੋਕ ਫੋਟੋਸ ਕਲਿੱਕ ਕਰਵਾ ਰਹੇ ਨੇ। ਅੰਦਰਲੀ ਸਾਈਡ ਹੈ ਜੀ ਟਿਕਟ ਵਿੰਡੋ। ਇਹ ਦਿਨਾਂ ਦੇ ਵਿੱਚ ਜੇਕਰ ਤੁਸੀਂ ਆਉਂਦੇ ਹੋ ਤਾਂ ਕੋਈ ਵੀ ਚਾਰਜ ਨਹੀਂ ਲਿਆ ਜਾਂਦਾ। ਹੁਣ ਆਪਾਂ ਐਂਟਰ ਹੋ ਚੁੱਕੇ ਹਾਂ ਜੀ ਨਾਹਰਗੜ੍ਹ ਫੋਰਟ ਦੇ ਅੰਦਰ ਜੀ। ਇਹ ਹੈ ਜੀ ਨਾਹਰਗੜ੍ਹ ਫੋਰਟ ਦੇ ਵਿੱਚ ਟਿਕਟ ਕਾਊਂਟਰ। 52 ਰੁਪੀਸ ਐਡਲਟ ਦੀ ਟਿਕਟ ਹੈ ਅਤੇ 22 ਰੁਪੀਸ ਬੱਚੇ ਦੀ ਟਿਕਟ ਹੈ ਜੀ। ਤੁਸੀਂ ਇੱਥੇ ਆ ਕੇ ਟਿਕਟ ਲੈ ਸਕਦੇ ਹੋ। ਜੇਕਰ ਤੁਸੀਂ ਔਨਲਾਈਨ ਕਰਨੀ ਹੋਵੇ ਤਾਂ ਇਸਨੂੰ ਸਕੈਨ ਕਰਕੇ ਟਿਕਟ ਵੀ ਲੈ ਸਕਦੇ ਹੋ ਜੀ। ਆਓ ਚੱਲਦੇ ਹਾਂ ਜੀ ਹੁਣ ਆਪਾਂ ਅੰਦਰ। ਨਾਹਰਗੜ੍ਹ ਫੋਰਟ ਦੀ ਐਂਟਰੀ ਤੇ ਹੀ ਜੀ ਸ਼ਿਵਜੀ ਦਾ ਛੋਟਾ ਜਿਹਾ ਮੰਦਿਰ ਬਣਿਆ ਹੋਇਆ, ਤੁਸੀਂ ਦਰਸ਼ਨ ਕਰ ਸਕਦੇ ਹੋ। ਹੁਣ ਆਪਾਂ ਐਂਟਰ ਹੋ ਚੁੱਕੇ ਹਾਂ ਜੀ ਨਾਹਰਗੜ੍ਹ ਫੋਰਟ ਦੇ ਵਿੱਚ। ਇਹਦੇ ਅੰਦਰ ਜੀ ਜੈਪੁਰ ਦਾ ਵੈਕਸ ਮਿਊਜ਼ੀਅਮ, ਸ਼ੀਸ਼ ਮਹਿਲ, ਸਨਸੈਟ ਪੁਆਇੰਟ ਤੇ ਬਹੁਤ ਹੋਰ ਚੀਜ਼ਾਂ ਨੇ ਦੇਖਣ ਨੂੰ। ਹੁੱਕਾ ਪੀਂਦਾ ਹੋਇਆ ਤੁਸੀਂ ਦੇਖ ਸਕਦੇ ਹੋ। ਤੇ ਇੱਧਰ ਹੈ ਜੀ ਰੱਥ ਖੜਾ ਕੀਤਾ ਹੋਇਆ ਨਾਹਰਗੜ੍ਹ ਫੋਰਟ ਦੇ ਅੰਦਰ। ਸਾਡੇ ਨਾਲ ਇਸ ਪੂਰੀ ਵੀਡੀਓ ਦੇ ਵਿੱਚ ਬਣੇ ਰਹੋ। ਆਓ ਜੀ ਹੁਣ ਤੁਹਾਨੂੰ ਦਿਖਾਉਂਦੇ ਹਾਂ ਨਾਹਰਗੜ੍ਹ ਫੋਰਟ ਦੇ ਵਿੱਚ ਬਣੀ ਹੋਈ ਸਟੈਪ ਵੈਲ ਪੌੜੀ। ਅਤੇ ਗੁਜਰਾਤ ਦੀ ਵੀਡੀਓ ਵਿੱਚ ਤੁਸੀਂ ਦੇਖਿਆ ਹੋਣਾ ਕਿ ਅਸੀਂ ਉਹਦੇ ਵਿੱਚ ਵੀ ਇੱਕ ਸਟੈਪ ਵੈਲ ਕਵਰ ਕੀਤੀ ਸੀ। ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਸਾਡੇ ਚੈਨਲ 'ਤੇ ਜਾ ਕੇ ਜ਼ਰੂਰ ਦੇਖਿਓ ਜੀ। ਆਓ ਜੀ ਹੁਣ ਆਪਾਂ ਦੇਖਦੇ ਹਾਂ ਇਸ ਸਟੈਪ ਵੈਲ ਨੂੰ। ਆ ਜਾਓ ਤੁਹਾਨੂੰ ਇੱਕ ਉਰੇ ਚੀਜ਼ ਦਿਖਾਉਂਦੇ ਹਾਂ। ਜਾਣੀ ਐਂਟਰੀ ਫੀਸ ਹੈ 52 ਰੁਪਈਏ, ਕਿਤੇ 300 ਰੁਪਈਆ ਲੈਂਦੇ ਨੇ ਐਂਟਰੀ ਫੀਸ। ਪਰ ਤੁਸੀਂ ਇੱਕ ਗੱਲ ਦੇਖੋ, ਸਫਾਈ ਬਿਲਕੁਲ ਵੀ ਨਹੀਂ ਰੱਖੀ ਜਾਂਦੀ। ਤੁਸੀਂ ਦੇਖੋ ਥੱਲੇ ਬੋਤਲਾਂ ਪਈਆਂ ਨੇ, ਕਿਵੇਂ ਗੰਦ ਪਿਆ ਹੋਇਆ ਆ। ਜਾਣੀ ਤੁਸੀਂ ਏਰੀਏ ਦੇ ਵਿੱਚ ਵੀ ਦੇਖ ਦਿਓ, ਮੇਰੇ ਹਿਸਾਬ ਨਾਲ ਝਾੜੂ ਵੀ ਨਹੀਂ ਇਹਦੇ ਨਾਲ ਕਦੇ ਮਾਰਿਆ ਹੋਣਾ। ਜਾਣੀ ਗੱਲ ਇਹ ਵੀ ਜੇ ਤੁਸੀਂ ਪੈਸੇ ਲੈਂਦੇ ਹੋ, ਸਫਾਈ ਰੱਖਣਾ ਇਹਨਾਂ ਦਾ ਕਰਤੱਵ ਬਣਦਾ, ਸਫਾਈ ਇਹਨਾਂ ਨੂੰ ਰੱਖਣੀ ਚਾਹੀਦੀ ਆ।
ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਗੰਦ ਪਿਆ ਹੋਇਆ ਜੀ ਇਸ ਜਗ੍ਹਾ ਦੇ ਉੱਤੇ ਬੌਲੀ ਦੇ ਵਿੱਚ ਜੀ। ਨਾਹਰਗੜ੍ਹ ਫੋਰਟ ਦੇ ਵਿੱਚ ਜੇਕਰ ਤੁਸੀਂ ਆਓ ਤਾਂ ਸ਼ਾਮ ਦਾ ਟਾਈਮ ਤੁਹਾਡੇ ਲਈ ਬੈਸਟ ਰਹੇਗਾ ਕਿਉਂਕਿ ਇੱਥੇ ਸਨਸੈਟ ਦੇਖਣ ਲਈ ਬਹੁਤ ਜ਼ਿਆਦਾ ਪਬਲਿਕ ਟੂਰਿਸਟ ਆਉਂਦੇ ਨੇ ਜੀ। ਜੇਕਰ ਤੁਸੀਂ ਨਾਹਰਗੜ੍ਹ ਫੋਰਟ ਨੂੰ ਦੇਖਣ ਆਓ ਤਾਂ ਸ਼ਾਮ ਦਾ ਟਾਈਮ ਪ੍ਰੈਫਰ ਜ਼ਰੂਰ ਕਰਿਓ ਜੀ, ਤਾਂ ਕਿ ਤੁਸੀਂ ਵੀ ਬਹੁਤ ਹੀ ਸੋਹਣੇ ਤਰੀਕੇ ਨਾਲ ਸਨਸੈਟ ਨੂੰ ਜੈਪੁਰ ਸਿਟੀ ਦੇ ਵਿੱਚ ਦੇਖ ਸਕੋ ਜੀ। ਤੁਸੀਂ ਨਾਹਰਗੜ੍ਹ ਬਾਰੇ ਜੇਕਰ ਇਨਫੋਰਮੇਸ਼ਨ ਲੈਣੀ ਹੈ ਤਾਂ ਤੁਸੀਂ ਇਸ ਨੂੰ ਪੜ੍ਹ ਸਕਦੇ ਹੋ ਜੀ। को देख रहे हो ना, इसका नाम है नाहरगढ़। इसको बनाया राजा माधु सिंह ने 1880 के अंदर। इनकी नौ रानी थी, 9 वाइफ, तो नौ रानी के नौ पैलेस। ये पूरा एक पैलेस है। यहाँ के जो महाराजा था उनका रेजिडेंस था सिटी पैलेस। ये इमरजेंसी के लिए बना, अगर सिटी में कोई प्रॉब्लम कोई दिक्कत हो तो वहाँ से बच के आ जाए। नीचे वाला पैलेस है ग्राउंड फ्लोर, ओनली विंटर पैलेस, सर्दी में रहने के लिए। फर्स्ट फ्लोर है समर पैलेस, गर्मी में रहने के लिए। नीचे वाले नौ पैलेस सर्दी के एक जैसे, ऊपर वाले पूरे नौ पैलेस गर्मी के एक जैसे। आप चाहे एक देखो, नाइन देखो, एक समान एक जैसा है। अब किचन देखो सर, एक रानी ये जी नाहरगढ़ फोर्ट में बनी हुई किचन जी। ये आए जी चिमनी, तुसी देख सकते हो इहदी थल्ले लकड़ बलदी सी ते उपर तुसी दो होल्स देख सकते हो, एक इस साइड ते उस साइड ਜਿੱਥੋਂ ਧੂੰਆਂ ਬਾਹਰ ਨਿਕਲਦਾ ਸੀ ਜੀ। ਆਓ ਜੀ ਹੁਣ ਆਪਾਂ ਅੱਗੇ ਚੱਲਦੇ ਹਾਂ। ਜਿਹੜਾ ਕਿਚਨ ਦਾ ਸਾਰਾ ਸਮਾਨ ਰੱਖਦੇ ਸੀ ਉਹਦੇ ਲਈ ਇਹ ਸਟੋਰ ਦਾ ਨਿਰਮਾਣ ਕੀਤਾ ਗਿਆ ਸੀ। ਤੁਸੀਂ ਦੇਖ ਸਕਦੇ ਹੋ ਇੱਕ ਰਾਣੀ ਵਾਸਤੇ ਵਾਸ਼ਰੂਮ ਸੀ ਅਤੇ ਇੱਕ ਸਰਵੈਂਟ ਵਾਸਤੇ ਵਾਸ਼ਰੂਮ ਸੀਗਾ। ਇਹ ਦੋਨੋਂ ਜਿਹੜੇ ਤੁਸੀਂ ਰੂਮਸ ਦੇਖ ਰਹੇ ਹੋ ਇਹ ਸਰਵੈਂਟ ਰੂਮ ਨੇ, ਅਤੇ ਜਿਹੜੇ ਰਾਣੀਆਂ ਹੁੰਦੀਆਂ ਸੀ ਉਹਨਾਂ ਦੇ ਸਰਵੈਂਟ ਕਿਨਰਸ ਹੁੰਦੇ ਸੀ, ਟਰਾਂਸਜੈਂਡਰ, ਕਿਉਂਕਿ ਅਗਰ ਮੇਲ ਹੁੰਦੇ ਤਾਂ ਰਾਜੇ ਨੂੰ ਦਿੱਕਤ ਹੁੰਦੀ ਸੀ ਅਤੇ ਜੇ ਫੀਮੇਲਸ ਹੁੰਦੀਆਂ ਸਨ ਤਾਂ ਰਾਜਨੀ ਦੀ ਸਿਕਿਉਰਿਟੀ ਲਈ। ਜਿਹੜਾ ਆਪਾਂ ਇਹ ਦੇਖ ਰਹੇ ਹਾਂ ਇਹ ਰਾਣੀਆਂ ਦਾ ਵਿੰਟਰ ਰੂਮ ਆ, ਉਹ ਸਾਹਮਣੇ ਵਿੰਟਰ ਰੂਮ ਹੈ, ਤਾਂ ਕਿ ਜਦੋਂ ਵੀ ਸਰਦੀਆਂ ਦਾ ਮੌਸਮ ਆਵੇ ਤਾਂ ਇਹ ਰੂਮ ਬਹੁਤ ਹੀ ਜ਼ਿਆਦਾ ਗਰਮ ਰਹਿੰਦੇ ਸਨ, ਅਤੇ ਉੱਪਰ ਜਿਹੜੇ ਬਣੇ ਹੋਏ ਰੂਮ ਨੇ ਉਹ ਸਾਰੇ ਗਰਮੀਆਂ ਵਾਸਤੇ ਰੂਮ ਸਨ, ਤਾਂ ਕਿ ਗਰਮੀਆਂ ਦੇ ਮੌਸਮ ਵਿੱਚ ਉਹ ਰੂਮ ਠੰਡੇ ਰਹਿੰਦੇ ਸਨ। ਇਹ ਜੀ ਚਿਮਨੀ ਲੱਗੀ ਹੋਈ ਹੈ ਤਾਂ ਕਿ ਕਮਰੇ ਨੂੰ ਸੇਕ ਮਿਲਦਾ ਰਹੇ। ਇਸ ਨਾਹਰਗੜ੍ਹ ਫੋਰਟ ਵਿੱਚ ਇਹ ਜੀ ਨੌ ਰੂਮਸ ਬਣੇ ਹੋਏ ਨੇ, ਚਾਹੇ ਤੁਸੀਂ ਨੌ ਦੇ ਨੌ ਰੂਮ ਦੇਖ ਲਓ ਚਾਹੇ ਇੱਕ ਰੂਮ ਦੇਖ ਲਓ, ਸੇਮ ਗੱਲ ਹੈ ਕਿਉਂਕਿ ਸਾਰੇ ਰੂਮ ਇੱਕੋ ਹੀ ਡਿਜ਼ਾਇਨ ਦੇ ਨਾਲ ਤਿਆਰ ਕੀਤੇ ਗਏ ਨੇ ਜੀ। ਹੁਣ ਆਪਾਂ ਜਾ ਰਹੇ ਹਾਂ ਜੀ ਟੈਰਿਸ ਵੱਲ, ਬਣੇ ਰਹੇ ਸਾਡੇ ਨਾਲ ਪੂਰੀ ਵੀਡੀਓ ਦੇ ਵਿੱਚ ਜੀ। ਇਹ ਜੀ ਉੱਪਰ ਛੱਤੀ ਹੈ, ਛੋਟਾ ਜਿਹਾ ਸਟੋਰ, ਤਾਂ ਕਿ ਜੇ ਕੋਈ ਐਕਸਟਰਾ ਸਮਾਨ ਹੋਵੇ ਤਾਂ ਇਸ ਜਗ੍ਹਾ ਤੇ ਰੱਖ ਦਿੰਦੇ ਸਨ।
ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਟੈਰਸ ਤੇ। ਸਮਰ ਦਾ ਰੂਮ ਹੈ, ਸਮਰ ਦਾ ਬੈਡਰੂਮ, ਸਮਰ ਦਾ ਮਤਲਬ ਜਿਵੇਂ ਤੁਹਾਨੂੰ ਦੱਸਿਆ, ਕਿਉਂਕਿ ਸਮਰ ਦੇ ਟਾਈਮ ਆਹ ਜਗ੍ਹਾ ਬਹੁਤ ਜ਼ਿਆਦਾ ਠੰਡੀ ਰਹਿੰਦੀ ਸੀ, ਇਸ ਲਈ ਇਹ ਰੂਮ ਉੱਪਰ ਬਣਾਏ ਗਏ ਨੇ ਜੀ, ਇਹ ਨਿਰਮਾਣ ਕੀਤਾ ਗਿਆ ਸੀ। ਜਿਹੜੀ ਆਪਾਂ ਥੱਲੇ ਸਟੈਪ ਵੱਲ ਦੇਖ ਕੇ ਆਏ, ਬੌੜੀ ਦੇਖ ਕੇ ਆਏ ਹਾਂ, ਇਹਨਾਂ ਵਿੱਚ ਦੀ ਪਾਣੀ ਉਹ ਬੌੜੀ ਦੇ ਵਿੱਚ ਜਾਂਦਾ ਆ। ਆਹ ਜਿਹੜੀ ਜਗ੍ਹਾ ਆ, ਜਿਹੜਾ ਉਹ ਛੱਤਾਂ ਦਾ ਸਾਰਾ ਪਾਣੀ ਸੀ ਇਹਦੇ ਰਾਹੀਂ ਉਹ ਸਟੈਪ ਵੈਲ ਦੇ ਵਿੱਚ ਚਲੇ ਜਾਂਦਾ ਅੰਡਰਗਰਾਊਂਡ। ਨਹੀਂ ਜੀ, ਕੋਰੀਡੋਰ ਬਣਿਆ ਹੋਇਆ ਤਾਂ ਕਿ ਰਾਣੀ ਇੱਕ ਨੌ ਰਾਣੀ ਦੇ ਨਾਲ ਇੰਟਰੈਕਟ ਕਰ ਸਕੇ ਅਤੇ ਸਰਵੈਂਟਸ ਦੇ ਕੋਲ ਜਾ ਸਕੇ। ਜਦੋਂ ਵੀ ਆਪਾਂ ਇਸ ਦੇ ਵਿੱਚ ਜਾਂਦੇ ਹਾਂ ਤਾਂ ਆਪਾਂ ਨੂੰ ਸੇਮ ਹੀ ਮਤਲਬ ਜਗ੍ਹਾ ਹੋਣ ਦਾ ਅਹਿਸਾਸ ਹੁੰਦਾ, ਕਿਉਂਕਿ ਇਹ ਇੱਕ ਪੂਲ ਪਲੇਅਰ ਦੀ ਸ਼ੇਪ ਵਿੱਚ ਤਿਆਰ ਕੀਤਾ ਗਿਆ ਜੀ। ਇਹ ਹੈ ਜੀ ਕੋਰੀਡੋਰ। ਆਪਾਂ ਨੀਚੇ ਰੂਮ ਵਿੱਚ ਚਿਮਨੀ ਦੇਖ ਕੇ ਆਏ ਹਾਂ, ਉਹਦੇ ਐਗਜ਼ਿਟ ਲਈ ਜਿਹੜਾ ਸਾਰਾ ਧੂੰਆਂ ਸੀ ਉਹ ਇਸ ਜਗ੍ਹਾ ਤੋਂ ਬਾਹਰ ਨਿਕਲਦਾ ਸੀ, ਤੁਸੀਂ ਦੇਖ ਸਕਦੇ ਹੋ। ਉਸ ਸਮੇਂ ਵੀ ਚਿਮਨੀਜ਼ ਹੀ ਯੂਜ ਹੁੰਦਾ ਸੀ, ਅਤੇ ਮਾਡਰਨ ਆਰਕੀਟੈਕਚਰ ਨੂੰ ਜਿਵੇਂ ਆਪਾਂ ਚੀਜ਼ਾਂ ਯੂਜ ਕਰਦੇ ਹਾਂ ਉੱਦਾਂ ਹੀ ਫੈਸਿਲਿਟੀਜ਼ ਪੁਰਾਣੇ ਸਮੇਂ ਦੇ ਵਿੱਚ ਵੀ ਦਿੱਤੀਆਂ ਜਾਂਦੀਆਂ ਸਨ। ਜਿਹੜੇ ਤੁਸੀਂ ਆਹ ਵਾਲਾ ਕਲਰ ਦੇਖ ਸਕਦੇ ਹੋ ਇਹ ਸਾਰਾ ਰੈਨੋਵੇਟ ਕੀਤਾ ਹੋਇਆ, ਅਤੇ ਅੰਦਰ ਜਿਹੜਾ ਤੁਸੀਂ ਕਲਰ ਦੇਖ ਸਕਦੇ ਹੋ ਇਹ ਵਾਲੇ, ਇਹ ਸਾਰੇ ਵੈਜੀਟੇਬਲਸ ਤੋਂ ਬਣੇ ਹੋਏ ਨੇ, ਜਿਵੇਂ ਪਾਲਕ ਅਤੇ ਗ੍ਰੀਨ ਸਬਜ਼ੀਆਂ ਨੂੰ ਮਿਲਾ ਕੇ ਗ੍ਰੀਨ ਕਲਰ ਬਣਿਆ, ਟੋਮੈਟੋ ਤੋਂ ਰੈੱਡ ਕਲਰ ਬਣਿਆ। ਇੱਦਾਂ ਕਲਰਸ ਨੂੰ ਯੂਜ ਕਰਕੇ ਵੈਜੀਟੇਬਲਸ ਦੇ ਨਾਲ ਕਲਰਸ ਤਿਆਰ ਕੀਤੇ ਗਏ ਸਨ, ਤੁਸੀਂ ਦੇਖ ਸਕਦੇ ਹੋ ਜੀ। ਜਿਵੇਂ ਆਪਾਂ ਹੁਣੇ ਦੇਖ ਕੇ ਆਏ ਹਾਂ ਆਪਾਂ ਨੂੰ ਸੇਮ ਉੱਦਾਂ ਦਾ ਹੀ ਮਤਲਬ ਪਤਾ ਲੱਗੇਗਾ, ਝਲਕ ਪੈਂਦੀ ਹੈ ਕਿ ਆਪਾਂ ਉੱਥੇ ਹੀ ਖੜ੍ਹੇ ਹਾਂ, ਪਰ ਆਪਾਂ ਅੱਗੇ ਮੂਵ ਹੋ ਚੁੱਕੇ ਹਾਂ ਜੀ। ਇਸ ਵੀਡੀਓ ਨੂੰ ਇੱਥੇ ਕਰਦੇ ਹਾਂ ਸਮਾਪਤ ਜੀ। ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਇਸ ਮਹਿਲ ਦੇ ਵਿੱਚ ਮੌਜੂਦ, ਇਸ ਕਿਲ੍ਹੇ ਦੇ ਵਿੱਚ ਮੌਜੂਦ ਗੁਪਤ ਰਸਤਿਆਂ ਨੂੰ ਦੇਖਾਂਗੇ। ਇਸ ਲਈ ਸਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਵੀ ਬਣੇ ਰਹੋ, ਅਤੇ ਨਾਲ ਦੀ ਨਾਲ ਆਪਾਂ ਜੈਪੁਰ ਸਿਟੀ ਜੋ ਕਿ ਨਵੀਂ ਵਸੀ ਹੈ ਅਤੇ ਓਲਡ ਸਿਟੀ ਨੂੰ ਟੈਰਸ ਤੋਂ ਦੇਖਾਂਗੇ। ਇਸ ਲਈ ਸਾਡੇ ਨਾਲ ਉਸ ਵੀਡੀਓ ਵਿੱਚ ਵੀ ਬਣੇ ਰਹੋ। ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ।